ਹਾਂਜੀ ਦੋਸਤੋ, ਅੱਜ ਫੇਰ ਇੱਕ ਵਾਰ ਤੁਹਾਡਾ ਸੋਹਣ ਵੀਰੂ ਟਰੈਵਲ ਬਲੌਗ ਤੇ ਸਵਾਗਤ ਹੈ। ਤੇ ਅੱਜ ਮੈਂ ਤੁਹਾਨੂੰ ਥਾਣਾ ਡੈਮ ਜਿਹੜਾ ਦਸੂਹਾ ਅਤੇ ਪੌਂਗ ਡੈਮ ਜਿਹੜਾ ਕਿ ਕਾਂਗੜਾ ਹਿਮਾਚਲ ਪ੍ਰਦੇਸ਼ 'ਚ ਤਲਵਾੜੇ ਤੋਂ ਲਗਭਗ 8 ਕਿਲੋਮੀਟਰ ਉੱਪਰ, ਇਹਨਾਂ ਦੋਨੋਂ ਡੈਮਾਂ ਦੀ ਸੈਰ ਕਰਾਵਾਂਗਾ ਤੇ ਤੁਸੀਂ ਮੇਰੇ ਨਾਲ ਇਹ ਸੈਰ ਕਰਿਓ ਤੇ ਇਸ ਸੈਰ ਦੇ ਦੌਰਾਨ ਜੋ ਅਸੀਂ ਮਜ਼ੇ ਲਏ ਅਸੀਂ ਉਹ ਤੁਹਾਡੇ ਨਾਲ ਸਾਂਝੇ ਕਰਾਂਗੇ। ਤੇ ਇਸੇ ਤਰ੍ਹਾਂ ਦੀਆਂ ਹੋਰ ਬਹੁਤ ਹੀ ਖੂਬਸੂਰਤ ਵੀਡੀਓ ਦੇਖਣ ਲਈ ਤੁਸੀਂ ਮੇਰੇ ਚੈਨਲ ਨੂੰ ਇਸੇ ਤਰ੍ਹਾਂ ਸਪੋਰਟ ਕਰਦੇ ਰਹੋ, ਲਾਈਕ ਸ਼ੇਅਰ ਤੇ ਕਮੈਂਟ ਤੇ ਸਬਸਕ੍ਰਾਈਬ ਵੀ ਕਰਦੇ ਰਹੋ। ਹਾਂਜੀ ਦੋਸਤੋ, ਹੁਣ ਆਪਾਂ ਪਹੁੰਚ ਗਏ ਥਾਣਾ ਡੈਮ। ਥਾਣਾ ਡੈਮ ਤੁਸੀਂ ਪਿੱਛੇ ਇਹਦੀ ਲੇਕ ਜਿਹੜੀ ਬਣੀ ਹੋਈ ਹੈ ਉਹ ਦੇਖ ਸਕਦੇ ਹੋ, ਤੇ ਉਹ ਦੂਰ ਦੁਰਾਡੇ ਆਪਾਂ ਨੂੰ ਥਾਣਾ ਡੈਮ ਵੀ ਦਿਖਾਈ ਦੇ ਰਿਹਾ, ਉਹ ਵੀ ਤੁਹਾਨੂੰ ਨੇੜੇ ਜਾ ਕੇ ਦਿਖਾਉਂਦੇ ਹਾਂ। ਪਰ ਪਹਿਲਾਂ ਇੱਥੇ ਜਿਹੜਾ ਨੇਚਰ ਅਵੇਅਰਨੈਸ ਕੈਂਪ ਲੱਗਿਆ, ਜਿਵੇਂ ਬੋਰਡ ਲੱਗਿਆ ਆਪਣਾ ਨੇਚਰ ਅਵੇਅਰਨੈਸ ਕੈਂਪ ਥਾਣਾ, ਇਹਦੇ ਵਿੱਚ ਕੀ ਜਾਣਕਾਰੀ ਦਿੰਦੇ ਨੇ ਇਹ ਵੀ ਦੇਖਦੇ ਹਾਂ। ਅਤੇ ਆਹ ਜੰਗਲ ਲੌਜ ਬਣਿਆ, ਇੱਥੇ ਵੀ ਕੁਝ ਖਾਣ ਪੀਣ ਦਾ ਸ਼ਾਇਦ ਕੋਈ ਸੁਵਿਧਾ, ਉਹ ਵੀ ਅੰਦਰ ਜਾ ਕੇ ਦੇਖਦੇ ਹਾਂ ਅਤੇ ਤੁਹਾਨੂੰ ਦਿਖਾਉਂਦੇ ਹਾਂ ਵੀ ਕੀ ਕੁਝ ਇਹ ਖਵਾਉਂਦੇ ਪਹਿਲੇ ਹੁੰਦੇ ਨੇ। ਅੰਦਰੋਂ ਆਪਾਂ ਦੇਖਦੇ ਹਾਂ, ਲਓ ਜੀ ਇਹ ਹੁਣ ਆਪਾਂ ਚੱਲੇ ਹਾਂ ਅੰਦਰ। ਦੇਖੋ ਦੋਸਤੋ, ਪਿੱਛੇ ਬਣਿਆ ਇਹ ਡੈਮ, ਇੱਧਰ ਇੱਥੇ ਲੌਜ ਬਣਿਆ ਜਿਹੜਾ ਉਹ ਦੇਖਦੇ ਹਾਂ ਕੀ ਕੁਝ ਖਵਾਉਂਦੇ ਪਿਆਉਂਦੇ ਨੇ ਇਹ, ਕੀ ਆਪਾਂ ਨੂੰ ਸੁਵਿਧਾ ਇੱਥੇ। ਤੁਸੀਂ ਵੀ ਦੇਖੋ ਥਾਣਾ ਡੈਮ ਦੇ ਕਿਨਾਰੇ ਬਣਿਆ ਇਹ, ਦੇਖ ਮੇਰੇ ਪਿੱਛੇ ਜਿਹੜੀ ਮੇਨ ਲੇਕ ਬਣੀ ਹੈ ਥਾਣਾ ਡੈਮ ਦੇ ਨਾਲ। ਤੁਸੀਂ ਦੇਖ ਸਕਦੇ ਹੋ ਸਾਰਾ ਵਿਊ ਇੱਥੇ ਬਹੁਤ ਹੀ ਸੁੰਦਰ ਹੈ, ਨੈਚੁਰਲ ਪੰਛੀਆਂ ਜਾਨਵਰਾਂ ਦੀ ਆਵਾਜ਼ਾਂ ਤੋਂ ਬਿਨਾਂ, ਹੋਰ ਇੱਥੇ ਵਹੀਕਲਸ ਦੀ ਲਗਭਗ ਕੋਈ ਆਵਾਜ਼ ਨਹੀਂ ਸੁਣਾਈ ਦਿੰਦੀ, ਅਤੇ ਬਹੁਤ ਵਧੀਆ ਆਪਾਂ ਨੇਚਰ ਨੂੰ ਐਕਸਪਲੋਰ ਕਰ ਸਕਦੇ ਹਾਂ ਇੱਥੇ ਆ ਕੇ। ਅਤੇ ਆਹ ਟੈਂਟ ਵਗੈਰਾ ਬਣੇ ਹੋਏ ਨੇ ਇੱਥੇ ਰਹਿਣ ਲਈ, ਇਹਨਾਂ ਬਾਰੇ ਵੀ ਤੁਹਾਨੂੰ ਜਾਣਕਾਰੀ ਦਿੰਦੇ ਹਾਂ ਕਿ ਇਹਨਾਂ ਦਾ ਹਿਸਾਬ ਕਿਤਾਬ ਹੈ, ਕਿਵੇਂ ਆਪਾਂ ਇਹਨਾਂ ਨੂੰ ਬੁੱਕ ਵਗੈਰਾ ਕਰ ਸਕਦੇ ਹਾਂ। ਆਹ ਦੇਖੋ ਇਹਦੇ ਪਿਛਲੇ ਪਾਸੇ ਡਾਈਨਿੰਗ ਏਰੀਆ ਤੁਹਾਨੂੰ ਦਿਖਾ ਰਿਹਾ, ਇੱਥੇ ਏਸੀ ਵਗੈਰਾ ਲਾ ਕੇ ਨਾ ਠੰਡਾ ਕੀਤਾ, ਆਹ ਦੇਖੋ ਇੱਥੋਂ ਕਿੰਨਾ ਜਿਹੜਾ ਲੇਕ ਦਾ ਵਿਊ ਹੈ। ਲੇਕ ਦਾ ਨਾਮ ਕੀ ਹੈ ਜੀ? ਇਹ ਥਾਣਾ ਡੈਮ ਹੈ ਜੀ। ਥਾਣਾ ਡੈਮ, ਥਾਣਾ ਲੇਕ ਹੈ ਬਸ। ਹਾਂ ਥਾਣਾ ਲੇਕ ਹੀ ਕਹਾਂਗੇ ਹਜੇ, ਕਿਉਂਕਿ ਸਾਨੂੰ ਵੀ ਪੱਕਾ ਨਹੀਂ ਪਤਾ ਇਹਦਾ ਨਾਮ, ਜੇਕਰ ਹੋਰ ਕੋਈ ਨਾਮ ਸਾਨੂੰ ਪਤਾ ਲੱਗਿਆ ਤਾਂ ਤੁਹਾਨੂੰ ਉਹਦੀ ਵੀ ਜਾਣਕਾਰੀ ਦੇਵਾਂਗੇ। ਫਿਲਹਾਲ ਅਸੀਂ ਤੁਹਾਨੂੰ ਇਹੀ ਦੱਸਦੇ ਹਾਂ ਵੀ ਇਹ ਥਾਣਾ ਡੈਮ ਦੇ ਨਾਲ ਲੱਗਦੀ ਲੇਕ ਹੈ। ਤੇ ਇੱਧਰੋਂ ਦੇਖੋ ਤੁਸੀਂ ਵਿਊ, ਮਤਲਬ ਦੇਖੋ ਉਰੇ ਹੁਣ ਰੈਸਟੋਰੈਂਟ, ਸਾਨੂੰ ਥੋੜੀ ਭੁੱਖ ਲੱਗੀ ਹੈ, ਉਹ ਵੀ ਆਪਾਂ ਖਾਣ ਪੀਣ ਦਾ ਕਰ ਰਹੇ ਹਾਂ ਪ੍ਰਬੰਧ ਤੇ ਮੈਨਿਊ ਮੰਗਵਾ ਰਹੇ ਹਾਂ।
ਮੈਨਿਊ ਦੇਖ ਕੇ ਫਿਰ ਦੇਖਦੇ ਹਾਂ ਵੀ ਕੀ ਆਰਡਰ ਕਰੀਏ ਫਿਰ ਕਰਦੇ ਹਾਂ ਸ਼ੇਅਰ। ਲਓ ਜੀ ਇਹ ਮੈਗੀ ਤੇ ਗ੍ਰਿਲਡ ਸੈਂਡਵਿਚ ਆ ਗਿਆ, ਨਾਲ ਆ ਗਈ ਕੋਲਡ ਕਾਫੀ। ਹੁਣ ਦੁਬਾਰੇ ਲੈ ਕੇ ਆਊਗਾ ਬਾਈ, ਦੇਖਦੇ ਹਾਂ ਹੋਰ ਕੀ ਖਵਾਊ। ਆ ਦੇਖੋ ਜੀ ਬ੍ਰੈਡ ਆਮਲੇਟ ਆਇਆ, ਸ਼ਾਇਦ ਮੈਂ ਮਚਾਇਆ ਹੀ ਪਿਆ, ਦੇਖ ਲਓ ਖਾਣ ਪੀਣ ਦਾ ਹਿਸਾਬ ਕਿਤਾਬ। ਹਾਂਜੀ ਦੋਸਤੋ, ਤੁਸੀਂ ਥਾਣਾ ਡਾਈਮ ਦਾ ਜਿਹੜਾ ਆਲਾ ਦੁਆਲਾ ਵਿਊ ਹੈ ਉਹ ਇੱਕ ਵਾਰ ਫਿਰ ਦੇਖ ਲਓ, ਅਤੇ ਜੇਕਰ ਇੱਥੇ ਕਿਸੇ ਵੀ ਫੈਮਿਲੀ ਨੇ ਜਾਂ ਗਰੁੱਪ ਨੇ ਰਾਤ ਵਗੈਰਾ ਕੱਟਣ ਦਾ ਪ੍ਰੋਗਰਾਮ ਹੈ ਤਾਂ ਇਹ ਕੋਟੇਜ ਵੀ ਕਿਰਾਏ 'ਤੇ ਮਿਲਦੇ ਨੇ ਇੱਥੇ, ਜਿਨ੍ਹਾਂ ਦੇ ਨਾਮ ਇਹਨਾਂ ਨੇ ਦਰਖਤਾਂ ਦੇ ਨਾਮ 'ਤੇ ਰੱਖੇ ਨੇ, ਖੈਰ, ਸ਼ੀਸ਼ਮ ਅਤੇ ਉੱਧਰ ਥਰਡ ਹੈਗਾ ਪਾਈਨ। ਜੇਕਰ ਆਪਾਂ ਇਹਨਾਂ ਦਾ ਰੈਂਟ ਦਾ ਜਾਣਕਾਰੀ ਤੁਹਾਨੂੰ ਦਈਏ, ਅਤੇ ਸਾਡੇ ਕੋਲ 3 ਹਟਸ ਹੈ, ਉਹਦੇ ਰੈਂਟ ਜਿਹੜਾ ਹੈਗਾ 4000 ਹੈ, ਉਹਦੀ ਜਿਹੜੀ ਇੱਕ ਹਟ ਦਾ ਜਿਹੜਾ ਰੈਂਟ ਹੈ 4000, ਉਹਦੇ ਵਿੱਚ ਤੁਹਾਡਾ ਬ੍ਰੇਕਫਾਸਟ ਇਨਕਲੂਡ ਹੁੰਦਾ ਹੈ ਪਰ ਨਾਈਟ, ਅਤੇ ਇਹਦੇ ਅੰਦਰੋਂ ਵਿਊ ਬਹੁਤ ਵਧੀਆ ਦਿਖਦਾ ਜਿਹੜਾ ਲੇਕ ਦਾ, ਥਾਣਾ ਡੈਮ ਦੇ ਨਾਲ ਜਿਹੜੀ ਲੇਕ ਬਣੀ ਹੈ ਜਿਹੜੀ ਮੈਂ ਤੁਹਾਨੂੰ ਦਿਖਾ ਰਿਹਾ। ਫਿਲਹਾਲ ਇਹ ਬੰਦ ਪਏ ਨੇ ਲੋਕ ਨੇ, ਆਹ ਦੇਖੋ ਤੁਸੀਂ ਪੂਰੀ ਲੇਕ ਦਾ ਵਿਊ ਅਤੇ ਉੱਧਰ ਡੈਮ ਹੈ। ਇੱਥੇ ਬੋਟਿੰਗ ਦੀ ਪ੍ਰੋਵੀਜ਼ਨ ਵੀ ਹੈ, ਉਹ ਤੁਹਾਨੂੰ ਬਾਅਦ 'ਚੋਂ ਦਿਖਾਉਂਦੇ ਹਾਂ। ਦੇਖੋ ਕਿੰਨਾ ਵਧੀਆ ਵਿਊ ਹੈ ਇੱਥੇ, ਦੇਖੋ ਮੇਰੇ ਪਿੱਛੇ ਪੂਰੀ ਲੇਕ ਦਾ ਵਿਊ ਬਹੁਤ ਹੀ ਸੁੰਦਰ ਦਿਖਾਈ ਦੇ ਰਿਹਾ। ਅਤੇ ਇਹ ਜਿਹੜੀਆਂ ਕੋਟੇਜ ਬਣੀਆਂ ਨੇ ਇਹ ਰੈਂਟ 'ਤੇ ਮਿਲਦੀਆਂ ਨੇ ਆਪਾਂ ਨੂੰ ਇੱਥੇ ਸਟੇਅ ਲਈ, ਨਾਈਟ ਸਟੇਅ ਵਗੈਰਾ ਲਈ। ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸੋਹਣਾ ਵਿਊ ਬਣਦਾ ਇੱਥੇ। ਬਾਕੀ ਜਿਹੜਾ ਰਿਜ਼ੋਰਟ ਹੈ ਇੱਥੇ, ਉੱਥੇ ਕੀ ਕੁਛ ਖਾਣ ਨੂੰ ਮਿਲਦਾ ਉਹ ਵੀ ਤੁਹਾਨੂੰ ਦਿਖਾਉਂਦੇ ਹਾਂ। ਆ ਦੇਖੋ ਇਹ ਹੈ, ਜਦੋਂ ਆਪਾਂ ਐਂਟਰ ਕੀਤਾ ਸੀ ਤਾਂ ਇਸ ਜਿਹੜਾ ਲੌਜ ਹੈ ਉਹਦਾ ਨਾਮ ਲਿਖਿਆ ਸੀ ਜੰਗਲ ਲੌਜ, ਤੇ ਇਹ ਵੀਰ ਜੀ ਉਹਨਾਂ ਦੇ ਮੈਨੇਜਰ ਨੇ, ਇਹ ਆਪਾਂ ਨੂੰ ਕੁਝ ਜਾਣਕਾਰੀ ਦੇਣਗੇ ਵੀ ਇੱਥੇ ਜੋ ਰੂਮ ਵਗੈਰਾ ਨੇ ਉਹਨਾਂ ਦਾ ਕੀ ਰੈਂਟ ਹੈ, ਜਾਂ ਕੀ ਕੀ ਹੋਰ ਪ੍ਰੋਵੀਜ਼ਨ ਹੈ ਖਾਣ ਪੀਣ ਦੀ, ਉਰੇ ਕੀ ਇੰਜੋਏ ਕਰ ਸਕਦਾ ਬੰਦਾ, ਕੀ ਬੋਟਿੰਗ ਵਗੈਰਾ ਦੀ ਵੀ ਹੈਗੀ ਪ੍ਰੋਵੀਜ਼ਨ ਇੱਥੇ ਜਾਂ ਨਹੀਂ। ਹਾਂਜੀ ਸਰ, ਸਾਡੇ ਕੋਲ ਇੱਥੇ ਇਹਦਾ ਨਾਮ ਜੰਗਲ ਲੌਜ ਥਾਣਾ ਹੈ, ਇੱਕ ਸਰਕਾਰ ਦੇ ਤਰਫੋਂ ਬਣਾਇਆ ਗਿਆ ਰਿਜ਼ੋਰਟ ਹੈ ਇੱਕ ਤਰ੍ਹਾਂ ਦਾ। ਇੱਥੇ ਸਾਡੇ ਕੋਲ 3 ਹਟਸ ਹੈ, ਉਹਦੇ ਰੈਂਟ ਜਿਹੜਾ ਹੈਗਾ 4000 ਹੈ, ਉਹਦੀ ਜਿਹੜੀ ਇੱਕ ਹਟ ਦਾ ਜਿਹੜਾ ਰੈਂਟ ਹੈ 4000, ਉਹਦੇ ਵਿੱਚ ਤੁਹਾਡਾ ਬ੍ਰੇਕਫਾਸਟ ਇਨਕਲੂਡ ਹੁੰਦਾ ਹੈ। ਬਾਕੀ ਸਰ ਸਾਡੇ ਕੋਲ ਜਿੱਦਾਂ ਐਕਸਟਰਾ ਐਕਟੀਵਿਟੀਜ਼ ਹੈਗੀਆਂ, ਬੋਟਿੰਗ ਹੈ, ਜੰਗਲ ਸਵਾਰੀ ਹੈ, ਉਹਨਾਂ ਦੇ ਅਲੱਗ ਅਲੱਗ ਚਾਰਜਿਸ ਹੈ। ਬੋਟਿੰਗ ਦੇ ਚਾਰਜਿਸ ਵੀ ਹੈਗੇ ਆ 200 ਪਰ ਪਰਸਨ, ਜੰਗਲ ਸਵਾਰੀ ਦੇ ਹੈਗੇ ਆ ਸਰ 400। ਹਾਂਜੀ ਸਰ, ਬਾਕੀ ਸਾਡੇ ਕੋਲ ਸਰ ਇੱਕ ਰਿਜ਼ੋਰਟ ਹੈ, ਹਾਂਜੀ ਇੱਥੇ ਤੁਹਾਡਾ ਸਨੈਕਸ ਵੀ ਲੱਭ ਜਾਣਗੇ, ਲੰਚ, ਬ੍ਰੇਕਫਾਸਟ ਸਾਰਾ ਸਰ ਮਿਲਦਾ, ਡਿਨਰ ਵੀ। ਠੀਕ ਹੈ, ਇਹ ਜੰਗਲ ਸਫਾਰੀ ਜਿਹੜਾ ਇਹ ਮਤਲਬ ਪਾਣੀ ਦਾ ਬਹਾਅ ਆਉਂਦਾ ਹੈ ਉਹ ਰੋਡ ਜਾਂਦੀ ਹੈ ਵਿੱਚ, ਉੱਥੋਂ ਦੀ ਹੁੰਦੀ ਹੈ ਜੰਗਲ? ਹਾਂਜੀ ਉੱਥੋਂ ਹੁੰਦੀ ਹੈ ਸਰ। ਠੀਕ ਹੈ, ਹਾਂਜੀ ਤੇ ਉਹਦਾ ਕੀ ਰੇਟ ਹੈ ਸਰ? ਉਹਦਾ 450 ਜਾਂ 400 ਹੈ ਇਸ ਨੂੰ ਪਰ ਪਰਸਨ ਹਿਸਾਬ ਨਾਲ। ਕਿੰਨੇ ਕਿਲੋ ਤੱਕ ਲੈਣਾ ਸਰ? ਟੋਟਲ 22 ਕਿਲੋਮੀਟਰ ਹੁੰਦਾ ਹੈ, 11 ਤੁਹਾਡਾ ਜਾਣ ਹੁੰਦਾ, 11 ਤੁਹਾਡਾ ਆਉਣ ਹੁੰਦਾ। ਠੀਕ, ਹਾਂਜੀ ਤੇ ਹੁਣ ਵੀ ਜਾ ਸਕਦੇ ਹਾਂ ਜੇ ਹੁਣ ਜਾਣਾ ਹੋਵੇ? ਹਾਂਜੀ ਸਰ ਦੱਸ ਰਹੇ, ਹਾਂਜੀ ਹੈਗੀ ਹੈ ਸਰ। ਤੇ ਜਿਹੜੀ ਬੋਟਿੰਗ ਦੀ? ਬੋਟਿੰਗ ਦੀ ਵੀ ਹੈ ਸਰ, ਬੋਟਿੰਗ ਦਾ 200 ਹੈ ਪਰ ਪਰਸਨ।
ਹਾਂਜੀ ਪੂਰਾ ਰਾਊਂਡ ਲਵਾਉਗਾ 10 ਮਿੰਟ ਦਾ ਰਾਊਂਡ ਹੁੰਦਾ ਸਰ ਮੋਟਰ ਬੋਟ ਹੈ ਜੀ ਹਾਂਜੀ ਮੋਟਰ ਬੋਟ ਹੈ ਸਰ ਪੈਂਡਲ ਵੀ ਹੈ ਮੋਟਰ ਵੀ ਹੈ ਠੀਕ ਜੀ ਸਰ ਕਿੰਨੀਆਂ ਬੋਟਸ ਨੇ ਸਰ ਇੱਥੇ ਟੋਟਲ 4 ਬੋਟਸ ਹੈ ਇਸਲੇ ਹਾਂਜੀ ਕਿੰਨੇ ਕੁ ਲੋਕ ਇੱਥੇ ਆਉਂਦੇ ਰਹਿੰਦੇ ਨੇ ਸਰ ਹੈ ਸੈਚਰਡੇ ਸੰਡੇ ਹੈ ਗੈਸਟ ਹਾਂਜੀ ਦੋਸਤੋ ਜਿੱਥੇ ਆਪਾਂ ਲੌਜ ਦੇ ਵਿੱਚ ਆਉਂਦੇ ਹਾਂ ਤਾਂ ਇਹ ਪਿੱਛੇ ਬੱਚਿਆਂ ਦੇ ਖੇਡਣ ਲਈ ਵੀ ਥੋੜੀ ਮੋਟੀ ਇਹਨਾਂ ਨੇ ਪ੍ਰੋਵੀਜ਼ਨ ਰੱਖੀ ਹੈ ਆ ਦੇਖੋ ਦੇਖੋ ਡੈਮ ਦਾ ਦ੍ਰਿਸ਼ ਥਾਣਾ ਡੈਮ ਹੈ ਆ ਦੇਖੋ ਜਿਹੜੇ ਕੋਟੇਜ ਬਣੇ ਨੇ ਇੱਥੇ 4000 ਰੁਪਇਆ ਰੈਂਟ ਮੈਨੇਜਰ ਸਾਹਿਬ ਨੇ ਦੱਸਿਆ ਇਹਨਾਂ ਦਾ ਪਰ ਕੋਟੇਜ 1 ਨਾਈਟ ਸਟੇ ਅਤੇ ਅੰਦਰੋਂ ਬਹੁਤ ਵਧੀਆ ਇਹਦੇ ਬਣਿਆ ਹੋਇਆ ਬਾਥਰੂਮ ਵਗੈਰਾ ਵੀ ਬਹੁਤ ਸੋਹਣੇ ਬਣੇ ਹਨ ਇੱਧਰੋਂ ਬਹੁਤ ਦੂਰ ਤੱਕ ਪਾਣੀ ਇੱਥੇ ਇਹਨਾਂ ਨੇ ਸਟੋਰ ਕੀਤਾ ਹੋਇਆ ਲੇਕ ਦੇ ਵਿੱਚ ਪਾਣੀ ਦਾ ਲੈਵਲ ਫਿਲਹਾਲ ਘਟਿਆ ਹੋਇਆ ਗਰਮੀਆਂ ਕਰਕੇ ਅਤੇ ਜਦੋਂ ਬਾਰਿਸ਼ਾਂ ਹੋਣਗੀਆਂ ਇਹ ਲੇਕ ਦੇ ਵਿੱਚ ਵੀ ਪਾਣੀ ਦਾ ਲੈਵਲ ਆ ਜਿਹੜਾ ਉਹ ਵੱਧ ਜਾਣਾ ਅਤੇ ਫਿਰ ਜਿਹੜਾ ਦ੍ਰਿਸ਼ ਆ ਉਹ ਇੱਦੋਂ ਵੀ ਸੁੰਦਰ ਲੱਗੂਗਾ ਆਹ ਦੇਖੋ ਆਪਣੇ ਬਾਈਕਸ ਖੜ੍ਹੇ ਨੇ ਜਿਨ੍ਹਾਂ ਦੇ ਉੱਪਰ ਆਪਾਂ ਆਏ ਹਾਂ ਇੱਥੇ ਇਸ ਡੈਮ ਨੂੰ ਦੇਖਣ ਹਾਂਜੀ ਇਹ ਥਾਣਾ ਨੇਚਰ ਡੈਮ ਇਹ ਉਹਦੀ ਇੱਥੇ ਕੀ ਕੀ ਅਵੇਲੇਬਿਲਿਟੀ ਹੈ ਮੋਟਰ ਬੋਟ 250 ਰੁਪਈਏ ਫਨ ਬੋਟ 200 ਪ੍ਰੀ ਵੈਡਿੰਗ ਸੂਟ ਦਾ 1500 ਸ਼ਿਕਾਰਾ ਕਿਸ਼ਤੀ 300 ਰੁਪਈਏ ਅਤੇ ਇੱਥੋਂ ਇਹ ਬੋਟਿੰਗ ਕਰਾਉਂਦੇ ਨੇ ਅੱਖ ਇਹਨਾਂ ਦਾ ਬੋਟਿੰਗ ਵਾਲਾ ਏਰੀਆ ਹਾਂ ਦੇਖੋ ਜੀ ਤੁਸੀਂ ਦੇਖੋ ਥਾਣਾ ਡੈਮ ਨੇਚਰ ਕੈਂਪ ਇੱਥੋਂ ਜਾ ਕੇ ਉਹ ਨੀਚੇ ਉਤਰ ਕੇ ਉਹ ਖੜੀਆਂ ਨੇ ਇਹਨਾਂ ਦੀਆਂ 4 ਬੋਟਸ ਜਿਨ੍ਹਾਂ ਦੇ ਅਲੱਗ ਅਲੱਗ ਰੇਟਸ ਵਗੈਰਾ ਤੁਸੀਂ ਪਹਿਲਾਂ ਦੇਖ ਲਏ ਬਾਕੀ ਮੇਰੇ ਪਿਛਲੇ ਪਾਸੇ ਤੁਸੀਂ ਦੇਖ ਸਕਦੇ ਹੋ ਬੋਟਸ ਅਤੇ ਲੇਕ ਦਾ ਵਿਊ ਅਤੇ ਇਹ ਪੂਰਾ ਡੈਮ ਦੋਨੋਂ ਸਾਈਡਾਂ ਤੋਂ ਦੇਖੋ ਜੀ ਇਹ ਮੇਰੇ ਪਿਛਲੇ ਪਾਸੇ ਸੜਕ ਉਤਰ ਰਹੀ ਹੈ ਨੀਚੇ ਲੂਪਸ ਬਣੇ ਹੋਏ ਨੇ ਜਿਹੜੇ ਨੀਚੇ ਉਤਰਨ ਲਈ ਆਹ ਦੇਖੋ ਕਿਵੇਂ ਦਾ ਫਰੈਸ਼ ਏਰੀਆ ਇਹ ਬਹੁਤ ਸ਼ਾਂਤੀ ਵਾਲਾ ਥਾਣਾ ਡੈਮ ਹੈ ਜੀ ਇਹ ਇੱਧਰਲਾ ਪਾਸਾ ਹੈ ਥਾਣਾ ਡੈਮ ਦਾ ਜੰਗਲੀ ਜਾਨਵਰ ਵੀ ਨੇ ਜੰਗਲੀ ਬੂਟੇ ਅਤੇ ਜੰਗਲੀ ਜੰਗਲ ਆਲੇ ਦੁਆਲੇ ਬਹੁਤ ਸ਼ਾਂਤ ਏਰੀਆ ਤੁਸੀਂ ਦੇਖ ਸਕਦੇ ਹੋ ਅਸੀਂ ਹੁਣ ਨੀਚੇ ਉਤਰੇ ਹਾਂ ਥਾਣਾ ਡੈਮ ਤੋਂ ਹਾਂਜੀ ਦੋਸਤੋ ਹੁਣ ਆਪਾਂ ਤਲਵਾੜਾ ਟੱਪ ਕੇ ਪੌਂਗ ਡੈਮ ਦੇ ਨੇੜੇ ਪਹੁੰਚ ਗਏ ਅਤੇ ਸਾਹਮਣੇ ਸਾਨੂੰ ਡੈਮ ਤੋਂ ਪਹਿਲਾਂ ਇੱਕ ਇਹ ਵੱਡੀ ਕਿਸ਼ਤੀ ਵੀ ਖੜੀ ਦਿਖਾਈ ਦੇ ਰਹੀ ਹੈ ਅਤੇ ਅੱਗੇ ਅਸੀਂ ਪੌਂਗ ਡੈਮ ਦੇ ਉੱਪਰ ਜਾ ਰਹੇ ਹਾਂ ਅਤੇ ਪੌਂਗ ਡੈਮ ਬਾਰੇ ਵੀ ਤੁਹਾਨੂੰ ਥੋੜ੍ਹੀ ਜਾਣਕਾਰੀ ਦਿੰਦੇ ਹਾਂ ਵੀ 1961 ਦੇ ਵਿੱਚ ਇਹ ਡੈਮ ਜਿਹੜਾ ਬਣਨਾ ਸ਼ੁਰੂ ਹੋਇਆ ਸੀ 1974 'ਚ ਬਣ ਕੇ ਤਿਆਰ ਹੋਇਆ ਸੀ 13 ਸਾਲ ਲੱਗ ਗਏ ਸੀ ਇਹਨੂੰ ਇਹ ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਜ਼ਿਲ੍ਹੇ 'ਚ ਬਣਿਆ ਹੋਇਆ ਡੈਮ ਹੈ
ਤੇ ਇਸ ਡੈਮ ਦੇ ਪਿਛਲੇ ਪਾਸੇ ਮਹਾਰਾਣਾ ਪ੍ਰਤਾਪ ਸਾਗਰ ਝੀਲ ਬਣੀ ਹੈ ਜਿਸ ਦਾ ਪੂਰਾ ਵਿਊ ਅਸੀਂ ਤੁਹਾਨੂੰ ਬਾਅਦ ਚ ਦਿਖਾਉਂਦੇ ਹਾਂ। ਤੇ ਇਹ ਡੈਮ ਬਿਆਸ ਨਦੀ ਦੇ ਉੱਪਰ ਬਣਿਆ ਹੋਇਆ। ਜਦੋਂ ਇਹ ਬਣਿਆ ਹੀ ਬਣਿਆ ਸੀ ਉਦੋਂ ਇਹ ਸਾਰੇ ਭਾਰਤ ਚੋਂ ਉੱਚਾ ਬੰਧ ਸੀ, ਪਰ ਸਮੇਂ ਦੇ ਨਾਲ ਇਸ ਤੋਂ ਉੱਚੇ ਬੰਨ ਵੀ ਬਣ ਗਏ। ਤੇ ਹੁਣ ਅਸੀਂ ਤੁਹਾਨੂੰ ਮਹਾਰਾਣਾ ਪ੍ਰਤਾਪ ਸਾਗਰ ਝੀਲ ਦਿਖਾਉਂਦੇ ਹਾਂ, ਤੁਸੀਂ ਸਾਡੇ ਨਾਲ। ਹੁਣ ਆਪਾਂ ਪੌਂਗ ਡੈਮ ਦੇ ਪਿੱਛੇ ਜਿਹੜੀ ਝੀਲ ਹੈ, ਗੁਰਪ੍ਰੀਤ ਕੀ ਨਾਮ ਹੈ ਇਹਦਾ? ਇਹ ਹੈ ਜੀ ਮਹਾਰਾਣਾ ਪ੍ਰਤਾਪ ਸਾਗਰ ਲੇਕ। ਹਾਂ, ਮਹਾਰਾਣਾ ਪ੍ਰਤਾਪ ਸਾਗਰ ਲੇਕ, ਉਹਦੇ ਕਿਨਾਰੇ ਬੈਠੇ ਆ। ਹਾਲਾਂਕਿ ਪੌਂਗ ਡੈਮ ਤਾਂ ਇਦੋਂ ਕਾਫੀ ਦੂਰ ਹੈ। ਇੱਥੇ ਆਉਣ ਦਾ ਕਾਰਨ ਕੀ ਬਣਿਆ ਵੀ ਪੌਂਗ ਡੈਮ ਦੇ ਉੱਪਰ ਨਾ ਫੋਟੋਗ੍ਰਾਫੀ ਦੀ ਬਹੁਤ ਮਨਾਹੀ ਹੈ, ਇਸ ਕਰਕੇ ਅਸੀਂ ਥੋੜਾ ਅੱਗੇ ਆਇਆ ਤਾਂ ਕਿ ਆਪਾਂ ਝੀਲ ਦਾ ਵੀ ਨਜ਼ਾਰਾ ਲਈਏ ਤੇ ਨਾਲੇ ਤੁਹਾਨੂੰ ਝੀਲ ਦੇ ਦਰਸ਼ਨ ਕਰਵਾਈਏ, ਝੀਲ ਦਾ ਵਿਊ ਤੁਹਾਨੂੰ ਵੀ ਦਿਖਾਈਏ। ਮਹਾਰਾਣਾ ਪ੍ਰਤਾਪ ਸਾਗਰ ਲੇਕ ਦੇਖੋ, ਇੱਥੇ ਫਿਲਹਾਲ ਇਸ ਝੀਲ ਦੇ ਉੱਤੇ ਕੋਈ ਹੋਰ ਇੱਥੇ ਕੋਈ ਵੀ ਬੰਦਾ ਨਹੀਂ ਹੈਗਾ, ਸਿਰਫ ਅਸੀਂ ਉਹ ਦੋਸਤ ਇਕੱਠੇ ਹੋ ਕੇ ਆਏ ਹਾਂ ਇੱਥੇ ਤੇ ਤੁਹਾਨੂੰ ਦਿਖਾ ਰਹੇ ਹਾਂ ਵਿਊ। ਨੇੜੇ ਤੇੜੇ ਕੋਈ ਵੀ ਆਦਮ ਜਾਤ ਕੋਈ ਦਰਸ਼ਨ ਨਹੀਂ ਹੋ ਰਹੇ। ਦੇਖੋ ਤੁਸੀਂ ਕਿੱਡੀ ਵੱਡੀ ਇਹ ਲੇਕ ਹੈ, ਹਿਮਾਚਲ ਦੇ ਵਿੱਚ ਪੰਜਾਬ ਤੋਂ ਸਿਰਫ 8 ਕਿਲੋਮੀਟਰ ਦੂਰ। ਤਲਵਾੜੇ ਤੋਂ ਉੱਪਰਲੇ ਪਾਸੇ ਪੌਂਗ ਡੈਮ ਹੈ ਤੇ ਉਹਦੇ ਪਿੱਛੇ ਜਿਹੜੀ ਇਹ ਮਹਾਰਾਣਾ ਪ੍ਰਤਾਪ ਸਾਗਰ ਲੇਕ ਹੈ, ਇਹ ਤੁਸੀਂ ਉਹ ਦੇਖਦੇ ਹੋ। ਦੇਖੋ ਤੁਸੀਂ ਪਿੱਛੇ ਕਿੱਡੀ ਵੱਡੀ ਲੇਕ ਹੈ। ਹੁਣ ਤੁਸੀਂ ਮੇਰੇ ਪਿੱਛੇ ਦੇਖੋ ਇਸ ਲੇਕ ਦਾ ਵਿਊ ਕਿੰਨੀ ਕੁਦਰਤੀ ਤੌਰ 'ਤੇ ਸੁੰਦਰਤਾ ਇੱਥੇ। ਅਤੇ ਪਿੱਛੇ ਇਹਦੇ ਵਿੱਚ ਬਣੇ ਹੋਏ ਆਪਾਂ ਨੂੰ ਟਾਪੂ ਵੀ ਦਿਖਾਈ ਦੇ ਰਹੇ ਨੇ ਜਿਹੜੇ ਇਸ ਦੀ ਸੁੰਦਰਤਾ ਨੂੰ ਹੋਰ ਵੀ ਬਹੁਤ ਜ਼ਿਆਦਾ ਨਿਖਾਰਦੇ ਨੇ। ਜਦੋਂ ਆਪਾਂ ਇਸ ਝੀਲ ਦੇ ਨੇੜੇ ਪਾਣੀ ਨੇੜੇ ਜਾਣਾ ਚਾਹੁੰਦੇ ਹਾਂ ਤਾਂ ਆਪਾਂ ਨੂੰ ਥੋੜ੍ਹਾ ਜਿਹਾ ਨੀਚੇ ਉਤਰਨਾ ਪੈਂਦਾ ਜਿੱਥੇ ਕਿ ਇਹ ਪੱਥਰ ਬਹੁਤ ਅਗੜੇ ਦੁਗੜੇ ਨੇ ਅਤੇ ਥੋੜ੍ਹਾ ਬਚਾ ਕੇ ਉਤਰਨਾ ਪਊਗਾ। ਅਤੇ ਹੁਣ ਆਪਾਂ ਚੱਲਦੇ ਹਾਂ ਨੀਚੇ, ਦਿਖਾਉਂਦੇ ਹਾਂ ਤੁਹਾਨੂੰ ਲੇਕ ਦਾ ਪਾਣੀ। ਆਹ ਦੇਖ ਲਓ ਆਹ ਕਰਦੇ ਫਿਰ ਚੱਜਰ ਪਰਸਨਲ ਹੈ ਇਹਨਾਂ ਦਾ ਬੀਚ ਹੈ, ਪਰਸਨਲ ਪਰਸਨਲ ਬੀਚ ਦੇ ਉੱਤੇ ਪਹੁੰਚੇ ਨੇ, ਨਾਲ ਮੈਨੂੰ ਵੀ ਲਿਆਏ। ਦੇਖੋ ਦੇਖੋ ਜੀ, ਦੇਖੋ ਤੁਸੀਂ ਪਰਸਨਲ ਬੀਚ ਕਹੀ ਜਾਂਦੇ ਨੇ, ਹੁਣ ਅਸੀਂ ਜੇ ਉਹ ਇੱਥੇ ਇੰਜੋਏ ਕਰਾਂਗੇ ਜਿਵੇਂ ਤੁਸੀਂ ਦੇਖ ਰਹੇ ਹੋ। ਏਦਾਂ ਦੇਖੋ ਸਾਡੇ ਦੋਸਤ, ਦੇਖੋ ਦੇਖੋ ਆਹ ਦੇਖੋ ਸਾਡੇ ਕਮੀਨੇ ਕਿਵੇਂ ਪਏ ਨੇ। ਫੁੱਟ ਡੂੰਗੀ ਲੇਕ ਦੇ ਵਿੱਚ ਬੰਦਾ ਕਹਿੰਦਾ ਮੈਂ ਡਰਨਾ ਅੰਦਰ ਜਾ ਕੇ।
ਦੋਸਤੋ ਤੁਹਾਨੂੰ ਮਹਾਰਾਣਾ ਪ੍ਰਤਾਪ ਸਾਗਰ ਲੇਕ ਦੀ ਵਿਸ਼ਾਲਤਾ ਬਾਰੇ ਦੱਸੀਏ ਤਾਂ ਇਸ ਦਾ ਏਰੀਆ 240 ਸਕੇਅਰ ਕਿਲੋਮੀਟਰ ਹੈ, ਪਰ ਜਦੋਂ ਹੜ੍ਹਾਂ ਦਾ ਮੌਸਮ ਹੁੰਦਾ ਤਾਂ ਇਹ ਏਰੀਆ ਦੁੱਗਣਾ ਹੋ ਕੇ 450 ਸਕੇਅਰ ਕਿਲੋਮੀਟਰ ਹੋ ਜਾਂਦਾ ਅਤੇ ਇਸ ਦੀ ਡੂੰਘਾਈ ਲਗਭਗ 321 ਫੁੱਟ ਡੂੰਘੀ ਇਹ ਲੇਕ ਹੈ ਜੀ। ਦੇਖੋ ਕੁਦਰਤੀ ਪਾਣੀ ਦੇ ਤਾਂ ਨਜ਼ਾਰੇ ਵੱਖਰੇ ਨੇ, ਸਵੀਮਿੰਗ ਪੂਲ ਇਸ ਗੱਲ ਦਾ ਸਬਸਟੀਟਿਊਟ ਨਹੀਂ ਬਣ ਸਕਦੇ। ਤੁਹਾਨੂੰ ਦਿਖਾਉਂਦੇ ਆ ਹੁਣ ਨੀਚੇ ਲੇਕ ਦਾ ਵਿਊ, ਤੇ ਜਿਹੜੀ ਮੈਂ ਤੁਹਾਨੂੰ ਇਸ ਲੇਕ ਦੇ ਵਿੱਚ ਟਾਪੂਆਂ ਦੀ ਗੱਲ ਕਰਦਾ ਸੀ, ਤੁਸੀਂ ਦੇਖੋ ਇੱਧਰ ਕਿੱਡੇ ਕਿੱਡੇ ਟਾਪੂ, ਕਿੰਨੇ ਸੁੰਦਰ। ਇਹਨਾਂ ਟਾਪੂਆਂ ਦੇ ਉੱਪਰ ਜੰਗਲੀ ਜਾਨਵਰ ਵੀ ਰਹਿੰਦੇ ਨੇ ਜਿਹੜੇ ਮਤਲਬ ਇੱਥੇ ਨਿਰਵਾਹ ਕਰਦੇ ਨੇ, ਤੇ ਝੀਲ ਦੇ ਵਿੱਚ ਵੀ ਪਾਣੀ ਦੇ ਜੀਵ ਜਿਵੇਂ ਮਛਲੀਆਂ, ਮਗਰਮੱਛ। ਦੋਸਤੋ ਜਿਵੇਂ ਮੈਂ ਤੁਹਾਨੂੰ ਗੱਲ ਕਰ ਰਿਹਾ ਸੀ ਨਾ ਇਸ ਝੀਲ ਦੇ ਆਲੇ ਦੁਆਲੇ ਲੈਂਡਸਕੇਪ ਦੀ, ਆਹ ਦੇਖੋ ਵਿੱਚ ਮਿੱਟੀ, ਵਿੱਚ ਪੱਥਰ ਤੇ ਉੱਪਰ ਕਿੱਡੇ ਕਿੱਡੇ ਦਰਖਤ। ਇੱਧਰ ਵੀ ਦੇਖੋ ਤੁਸੀਂ ਉਹ ਵਾਲਾ ਟਾਪੂ ਕਿੰਨਾ ਵੱਡਾ, ਜਿਹੜਾ ਇੱਕ ਚਟਾਨ ਦਾ ਹਿੱਸਾ, ਪਹਾੜ ਦਾ ਹਿੱਸਾ ਉਹ ਕਟਿਆ ਪਿਆ। ਤੇ ਆਹ ਵੀ ਦੇਖੋ ਟਾਪੂ, ਬਾਕੀ ਤੁਹਾਨੂੰ ਨੇੜਿਓਂ ਦਿਖਾਉਂਦੇ ਹਾਂ ਲੇਕ ਦਾ ਜਿਹੜਾ ਆਲੇ ਦੁਆਲੇ ਲੈਂਡਸਕੇਪ ਹੈ, ਕਿੰਨੀ ਕੁ ਖਾਰ ਪੈਂਦੀ ਹੈ ਇੱਥੇ, ਕਿੰਨਾ ਕੁ ਇੱਥੇ ਪਾਣੀ ਇਹਦਾ ਲੈਵਲ ਵੱਧ ਜਾਂਦਾ, ਉਹ ਵੀ ਆਪਾਂ ਆਲੇ ਦੁਆਲੇ ਦੇਖੋ ਤੁਸੀਂ ਕਿੱਥੇ ਤੱਕ ਦੇ ਨਿਸ਼ਾਨ ਪਾਣੀ ਦੇ ਉੱਪਰ ਤੱਕ ਪੜੇ ਪਏ ਪਏ ਨੇ। ਤੇ ਓਨਾ ਉੱਚਾ ਪਾਣੀ ਵੀ ਇੱਥੋਂ ਚੜ੍ਹ ਜਾਂਦਾ। ਇਹ ਜਿਹੜੀ ਝੀਲ ਹੈ ਪੌਂਗਡੋਂਗ ਡੈਮ ਦੇ ਪਿਛਲੇ ਪਾਸੇ ਬਣੀ ਹੋਈ ਹੈ, ਹਿਮਾਲਿਆ ਪਰਬਤ ਦੀ ਜਿਹੜੀ ਸਿਵਾਲਕ ਰੇਂਜ ਹੈ ਉਹ ਪਹਾੜੀਆਂ ਦੇ ਵਿੱਚ ਬਣੀ ਹੋਈ ਝੀਲ ਹੈ ਇਹ। ਆਹ ਦੇਖਦੇ ਹਾਂ ਕੀ ਪਿਆ ਇਹ, ਦੇਖੋ ਤੁਸੀਂ ਇੱਥੇ ਪਹਾੜੀ ਪੱਥਰ ਕਿਹੋ ਜਿਹੇ ਨੇ। ਆਹ ਦੇਖੋ ਇਸ ਤਰ੍ਹਾਂ ਦੀ ਝੀਲ ਬਣੀ ਹੋਈ ਹੈ, ਝੀਲ ਦੇ ਵਿਊ ਦਿਖਾਏ ਨੇ, ਤੁਸੀਂ ਦੇਖੋ ਕਿੰਨਾ ਇੰਜੋਏ ਕੀਤਾ ਇੱਥੇ, ਅਤੇ ਤੁਸੀਂ ਵੀ ਇਸ ਨੂੰ ਦੇਖ ਕੇ ਇੰਜੋਏ ਕਰੋ। ਹੁਣ ਦੇਖੋ ਉੱਪਰ ਚੜ੍ਹਨਾ, ਇੱਥੇ ਵੀ ਦਮ ਨਿਕਲ ਜਾਂਦਾ, ਬਾਕੀ ਇਹ ਪੱਥਰ ਮੂਵ ਕਰਦੇ ਨੇ, ਹਿਲਦੇ ਜੁਲਦੇ ਨੇ, ਫਿਕਸ ਨਹੀਂ ਪਏ। ਜਿਵੇਂ ਆਹ ਦੇਖੋ ਇਹ ਪੱਥਰ ਹਿਲਦੇ ਨੇ, ਜਦੋਂ ਆਪਾਂ ਤੁਰਦੇ ਹਾਂ ਤਾਂ ਫੇਰ ਵੀ ਡਿੱਗਣ ਦਾ ਖਤਰਾ ਰਹਿੰਦਾ, ਇਸ ਕਰਕੇ ਥੋੜ੍ਹਾ ਜਿਹਾ ਬਚਾ ਕੇ ਹੀ ਆਪਾਂ ਉੱਪਰ ਨੂੰ ਚੱਲਦੇ ਹਾਂ। ਹੁਣ ਤੁਸੀਂ ਦੇਖਦੇ ਰਹੋ, ਇੰਜੋਏ ਕਰੋ ਇਸ ਝੀਲ ਨੂੰ। ਆਹ ਦੇਖੋ ਫੇਰ ਇੱਕ ਵਾਰ, ਇਹ ਪੰਜਾਬ ਤੋਂ ਸਿਰਫ 8 ਕਿਲੋਮੀਟਰ ਦੀ ਦੂਰੀ 'ਤੇ ਆਪਾਂ ਹਿਮਾਚਲ ਪ੍ਰਦੇਸ਼ ਦੇ ਵਿੱਚ ਤਲਵਾੜੇ ਤੋਂ ਉੱਪਰਲੇ ਪਾਸੇ ਜਿਹੜਾ ਪੌਂਗ ਡੈਮ ਆ, ਹੁਣ ਆਪਾਂ ਇਹ ਸਾਈਡ ਤੋਂ ਹੋ ਕੇ ਉੱਪਰ ਚੜ੍ਹਾਂਗੇ। ਆਹ ਦੇਖੋ ਇਸ ਸਾਈਡ 'ਤੇ ਕਿਵੇਂ ਇਹ ਲੇਕ ਦੇ ਸਟੈਪਸ ਵਗੈਰਾ ਬਣੇ ਹੋਏ ਨੇ, ਕਿਸ ਤਰ੍ਹਾਂ ਦਾ ਇਹ ਲੈਂਡਸਕੇਪ, ਕਿੰਨਾ ਖਤਰਨਾਕ ਏਰੀਆ ਇਹ। ਇੱਥੇ ਆਉਣ ਲਈ
ਬਹੁਤ ਮੁਸ਼ਕਲ ਹੈ ਕਦੇ ਵੀ ਇੱਥੋਂ ਪਹਾੜ ਦਾ ਹਿੱਸਾ ਡਿੱਗ ਸਕਦਾ ਅਤੇ ਬੰਦਾ ਨਦੀ ਦੇ ਵਿੱਚ ਇਹ ਲੇਕ ਦੇ ਵਿੱਚ ਜਾ ਸਕਦਾ। ਦੇਖੋ ਕਿੰਨਾ ਔਖਾ, ਬਾਕੀ ਤੁਸੀਂ ਪਾਣੀ ਦਾ ਲੈਵਲ ਦੇਖ ਸਕਦੇ ਹੋ ਉਹ ਸਾਹਮਣੇ ਕਿੱਥੇ ਤੱਕ ਪਾਣੀ ਦਾ ਲੈਵਲ ਰਿਹਾ, ਜਦੋਂ ਵੱਧ ਤੋਂ ਵੱਧ ਹੋਣਾ ਆਹ ਦੇਖੋ।